ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੋ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਣਮਿਥੇ ਸਮੇਂ ਲਈ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਤਰਨਾ ਦਿੱਤਾ ਜਾ ਰਿਹਾ ਹੈ 26 ਨਵੰਬਰ ਤੋਂ ਲੈ ਕੇ ਅੱਜ ਤੱਕ ਲਗਾਤਾਰ ਇਹ ਬਹੁਤ ਹੀ ਸ਼ਾਂਤੀ ਦੇ ਨਾਲ ਇਹ ਤਰਨਾ ਜਾਰੀ ਹੈ ਇਹਦੇ ਵਿੱਚ ਬੜੇ ਉਤਰਾ ਚੜਾ ਵੀ ਆਏ ਜੋ ਆਪਾਂ ਸੋਸ਼ਲ ਮੀਡੀਆ ਗਾਇਜ਼ ਆਪਣੇ ਤੱਕ ਪਹੁੰਚ ਰਹੀਆਂ ਨੇ ਖਬਰਾਂ ਆਪਾਂ ਵੇਖ ਰਹੇ ਆ ਜਿਸੇ ਆਪਾਂ ਇਸ ਅੰਦੋਲਨ ਨੂੰ ਵੇਖ ਰਹੇ ਆ ਕਈ ਵਿਦੇਸ਼ਾਂ 'ਚ ਬੈਠੇ ਵੀ ਸਾਨੂੰ ਪੁੱਛਦੇ ਵੀ ਨੇ ਕਿ ਤੁਸੀਂ ਉੱਥੇ ਕੀ ਮਹਿਸੂਸ ਕਰਦੇ ਹੋ ਤੁਹਾਨੂੰ ਕਿਦਾਂ ਲੱਗ ਰਿਹਾ ਹੈ ਤਾਂ ਜਿੰਨੀ ਕੋ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਹੈ ਇਹ ਦੱਸਿਦਾ ਹੈ ਕਿ ਵੇਖੋ ਇਹ ਅੰਦੋਲਨ ਇੱਕ ਹਿਸਟਰੀ ਸਿਰਜ ਕੇ ਜਾਏਗਾ ਇੱਕ ਇਤਿਹਾਸ ਸਿਰਜ ਕੇ ਜਾਏਗਾ ਕਿਉਂਕਿ ਇਸ ਅੰਦੋਲਨ ਵਿੱਚ ਬਹੁਤ ਕੁਝ ਨਿਕਰ ਕੇ ਸਾਡੇ ਸਾਹਮਣੇ ਆਏਗਾ ਵੀ ਤੇ ਆ ਵੀ ਰਿਹਾ ਹੈ ਜਿਵੇਂ ਕਿ ਇੱਥੇ ਸਾਰੇ ਭੈਣ ਭਰਾ ਇਕੱਠੇ ਬੈਠ ਕੇ ਇੱਕ ਦੂਦੀ ਹੈਲਪ ਕਰਦੇ ਨੇ ਸਿੱਖਾਂ ਦਾ ਇੱਕ ਅਕਸ਼ ਸਮਾਜ ਦੇ ਸਾਹਮਣੇ ਜਾ ਰਿਹਾ ਹੈ ਕਿ ਠੀਕ ਹੈ ਵਿਚਾਰ ਧਾਰਕ ਟਕਰਾ ਸਾਰਿਆਂ ਮਤਾਂ ਵਿੱਚ ਆਪਸ ਵਿੱਚ ਹੁੰਦੇ ਨੇ ਆਪਣੀ ਵੀ ਹੈਗੇ ਨੇ ਪਰਿਵਾਰਾਂ ਵਿੱਚ ਵੀ ਹੁੰਦੇ ਨੇ ਸਿੱਖ ਕੌਮ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੇ ਵਿਚਾਰ ਧਾਰਕ ਟਕਰਾਰ ਨੇ ਪਰ ਇੱਥੇ ਜਿੰਨੇ ਵੀ ਨੇ ਉਨਾ ਵਿਚਾਰ ਤਰਕ ਟਕਰਾਵਾਂ ਨੂੰ ਛੱਡ ਕੇ ਸਾਂਝੇ ਮੁੱਦੇ ਨੂੰ ਲੈ ਕੇ ਇਹ ਅੰਦੋਲਨ ਆਪਣਾ ਮੰਨ ਕੇ ਕਿ ਇਹ ਸਾਡਾ ਸਾਰਿਆਂ ਦਾ ਸਾਂਝਾ ਮੁੱਦਾ ਹੈ ਹਰ ਇੱਕ ਵਰਗ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਡਾਕਟਰ ਹੈ ਐਡਵੋਕੇਟ ਹੈ ਕੋਈ ਪੁਰਸ਼ ਮਲਾਜਮ ਹੈ ਜੇ ਕੋ ਰਿਟਾਇਰ ਆਰਮੀ ਦਾ ਅਫਸਰ ਹੈ ਜਾਂ ਕੋਈ ਫੌਜੀ ਵੀਰ ਹੈ ਸਾਡਾ ਸਾਰੇ ਰਲ ਕੇ ਇਹਦੇ ਵਿੱਚ ਆਪਣਾ ਬੰਦਾ ਯੋਗਦਾਨ ਪਾ ਰਹੇ ਨੇ ਵਿਦੇਸ਼ਾਂ ਵਿੱਚੋਂ ਵੀ ਵੀਰ ਯੋਗਦਾਨ ਪਾ ਰਹੇ ਨੇ ਉਦੇ ਨੰਨ ਨਾਲ ਆਪਾਂ ਵਿਖ ਰਹੇ ਵੀ ਜਿਹੜੇ ਉਤਰਾ ਚੜਾ ਰਹੇ ਨੇ ਜਿਹੜੀਆਂ ਸੱਟ ਤੱਕ ਖਬਰਾਂ ਪਹੁੰਚਦੀ ਨੇ ਜਿਵੇਂ ਕਿ ਪਤਾ ਆਪਾਂ ਨੂੰ ਕਿ 19 ਤਰੀਕ ਨੂੰ ਗੁਰੂ ਨਵੇਂ ਪਾਤਸ਼ਾਹ ਮਹਾਰਾਜ ਜੀ ਦਾ ਸ੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ ਜਿਹੜਾ ਨਵੇਂ ਪਾਸ਼ਾ ਦਾ ਸ਼ਹੀਦੀ ਦਿਨ ਮਨਾਇਆ ਗਿਆ ਹੈ ਵੈਸੇ ਤਾਂ ਮੂਲ ਨਾਨਸਈ ਕੈਲੰਡਰ ਮੁਤਾਬਕ ਤਾਂ ਗੁਰੂ ਨਵੇਂ ਪਾਸ਼ਾ ਦਾ ਸ਼ਹੀਦੀ ਦਿਨ ਲੰਘ ਚੁੱਕਾ ਹੈ ਜਿਹੜਾ 19 ਤਰੀਕ ਨੂੰ ਇਹਨਾਂ ਨੇ ਗੁਰੂ ਨਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਮਨਾਇਆ ਹੈ ਰਕਾਬਗੰਜ ਗੁਰਦੁਆਰੇ ਇਸ ਦੀਸ਼ ਦਾ ਪ੍ਰਧਾਨ ਮੰਤਰੀ ਨਮਸਕਾਰ ਕਰਨ ਵਾਸਤੇ ਜਾਂਦਾ ਹੈ মিডিਆ ਇਹ ਖਬਰ ਪੇਸ਼ ਕਰਦਾ ਹੈ ਕਿ ਵੇਖੋ ਜੀ ਉਹਨਾਂ ਦੀ ਕੋਈ ਪਲਾਨਿੰਗ ਨਹੀਂ ਸੀ ਅਚਨਚੇਤ ਹੀ ਉਹ ਉੱਥੇ ਮੱਥਾ ਟੇਕਣ ਗਏ ਨੇ ਪਰ ਕਮਾਲ ਦੀ ਗੱਲ ਦੇਖੋ ਉਹਨਾਂ ਦੇ ਕੈਮਰਾਮੈਨ ਪਹਿਲਾਂ ਉੱਥੇ ਪਹੁੰਚੇ ਹੋਏ ਨੇ ਪੂਰੀ ਉਸ ਚੀਜ਼ ਨੂੰ ਕਵਰ ਕਰਨ ਵਾਸਤੇ ਸਭ ਤੋਂ ਦੁੱਖ ਵਾਲੀ ਜਿਹੜੀ ਗੱਲ ਹੈ ਔਰ ਕਬਗੰਜ ਗੁਰਦੁਆਰੇ ਉੱਥੋਂ ਦੇ ਗਰੰਥੀਆਂ ਨੇ ਪ੍ਰਧਾਨ ਮੰਤਰੀ ਨੂੰ ਸਰੋਪਾ ਦਿੱਤਾ ਹੈ ਉਸ ਤੋਂ ਬਾਅਦ ਜੇ ਆਪਾਂ ਬਾਅਦ ਚ ਵੇਖੀ ਤੇ ਸੈਲਫੀਆਂ ਲਾਉਣ ਵਾਲੇ ਤੁਸੀਂ ਵੇਖੋ ਕਮਾਲ ਦੀ ਗੱਲ ਹੈ ਵੀ ਉਹਨੂੰ ਵੀ ਪਤਾ ਹੈ ਕਿ ਇਸ ਦੇਸ਼ ਦਾ ਕਿਸਾਨ ਸੜਕਾਂ ਤੇ ਬੈਠਾ ਹੈ ਤੇ ਪੰਜਾਬ ਦੇ ਕਿਸਾਨ ਜਿਥੇ ਬੰਦੀਆਂ ਮੂਰੀ ਮੂਰੀ ਹੋ ਕੇ ਅਗਵਾਈ ਕਰ ਰਹੀਆਂ ਨੇ ਤੇ ਸੈਲਫੀ ਲਾਉਣ ਵਾਲਿਆਂ ਵਿੱਚ ਜ਼ਿਆਦਾਤਰ ਤੁਸੀਂ ਵੇਖੋ ਦਸਤਾਰ ਧਾਰੀ ਨੇ ਤੇ ਕਿੰਨਿਆਂ ਨੇ ਲਹੰਟਾਂ ਵੀ ਪਾਈਆਂ ਨੇ ਉਹਨਾਂ ਨੂੰ ਪਹਿਲਾ ਸਵਾਲ ਉਹਨਾਂ ਗਰੰਥੀ ਸਿੰਘਾਂ ਵਾਸਤੇ ਹੈ ਜਿਨ੍ਹਾਂ ਨੂੰ ਬਹੁਤ ਲੋਕਾਂ ਨੇ ਫੋਨ ਵੀ ਕੀਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਕਿਉਂ ਕੀਤਾ ਤੇ ਉਹਨਾਂ ਦਾ ਜਵਾਬ ਪਤਾ ਕੀ ਸੀ ਵੇਖੋ ਜੀ ਇਹ ਤਾਂ ਗੁਰੂ ਦਾ ਦਰਵਾਜ਼ਾ ਚਾਰੇ ਚਾਰੇ ਦਰਵਾਜੇ ਨੇ ਗੁਰਦੁਆਰੇ ਦੇ ਹਰ ਇੱਕ ਵਰਗ ਵਾਸਤੇ ਖੁੱਲਾ ਹੈ ਹੁਣ ਉਹਨਾਂ ਨੂੰ ਸਵਾਲ ਹੈ ਕੱਲ ਨੂੰ ਕੋ ਰਿਕਸ਼ੇ ਵਾਲਾ ਆਉਂਦਾ ਉਹਨੂੰ ਵੀ ਸਰਪਾ ਦਿੰਨੇ ਆਪਾਂ ਦਰਵਾਜ਼ੇ ਦਾ ਫਿਰ ਰਿਕਸ਼ੀ ਵਾਲੇ ਵਾਸਤੇ ਵੀ ਸੇਮ ਹੀ ਹੈ ਕੋਈ ਫਰੂਟ ਦੀ ਦੁਕਾਨ ਵਾਲਾ ਕੋਈ ਕੋਈ ਨਾਰਮਲ ਬੰਦਾ ਉਹ ਵੀ ਆਏਗਾ ਉਹਨੂੰ ਵੀ ਤੁਸੀਂ ਇਦਾਂ ਹੀ ਕਰੋਗੇ ਕੀ ਤੁਸੀਂ ਪ੍ਰਸ਼ਾਦਾ ਸ਼ਾਕਾਹ ਰਾਤ ਨੂੰ ਨਹੀਂ ਸੰਭੋਧਦੇ ਸਿਰ ਉੱਤੇ ਅਨਸਾਰ ਤੁਹਾਨੂੰ ਕੁਝ ਖਾਣ ਲਈ ਨਹੀਂ ਚਾਹੀਦਾ ਤੁਹਾਡੇ ਆਪਣੇ ਭਰਾ ਸੜਕਾਂ ਤੇ ਬੈਠਿਆ ਰੋਡ ਤੇ ਬੈਠਿਆ ਇੱਕ ਬੰਨੇ ਤਾਂ ਵੱਡੇ ਵੱਡੇ ਜਿਹੜੇ ਆਫੀਸਰ ਨੇ ਉਹ ਉਹ ਆਪਣੇ ਅਹੁਦੇ ਤਿਆਗ ਰਹੇ ਨੇ ਉਹਨਾਂ ਦੇ ਸਨਮਾਨ ਪੱਤਰ ਤਿਆਗ ਰਹੇ ਨੇ ਤੁਸੀਂ ਇਹਨਾਂ ਤੇ ਅਹਿਸਾਸ ਕਰਾ ਸਕਦੇ ਸੀ ਇਹਨਾਂ ਨੂੰ ਕਿ ਆਇਆ ਭਾਈ ਮੱਥਾ ਟੇਕਿਆ ਠੀਕ ਹੈ ਤੇਰਾ ਧੰਨਵਾਦ ਹੈ ਪਰ ਤੁਸੀਂ ਸਰੋਪਾ ਕਾਹਦਾ ਪਹਿਲੀ ਸਵਾਲ ਪਿਆਦਾ ਸਰੋਪਾ ਦਿੱਤਾ ਕਾਹਦਾ ਕਿਹੜਾ ਕੱਦੂ 'ਚ ਤੀਰ ਮਾਰਿਆ ਸੀ ਉਹਨੇ ਉਹਦੇ ਰਾਜ ਵਿੱਚ ਪਬਲਿਕ ਸ਼ੜਕਾਂ ਤੇ ਬੈਠੀਏ ਬਜ਼ੁਰਗ ਸ਼ੜਕਾਂ ਤੇ ਬੈਠੇ ਨੇ ਭੈਣਾ ਬੱਚੇ ਸ਼ੜਕਾਂ ਤੇ ਬੈਠੇ ਨੇ ਆਪਣੇ ਆਪਣੀਆਂ ਆਪਣੇ ਹੱਕਾਂ ਵਾਸਤੇ ਕੁਪੀਖ ਨਹੀਂ ਮੰਗ ਰਹੇ ਉਹਨਾਂ ਕੋਲੋਂ ਆਪਣੇ ਹੱਕਾਂ ਵਾਸਤੇ ਵਿੱਚ ਜੋ ਸਾਡਾ ਬੰਦਾ ਹੱਕ ਦਿੱਤਾ ਜਾਵੇ ਤੁਸੀਂ ਉਹਨਾਂ ਨੂੰ ਅਹਿਸਾਸ ਕਰਾਉਣ ਦੀ ਬਜਾਏ ਜੇ ਪੱਤਰਕਾਰ ਨੇ ਪੁੱਛਿਆ ਉਹ ਉਸ ਗਰੰਥੀ ਨੂੰ ਪੁੱਛਿਆ ਉਹਨੂੰ ਵੀ ਇਹ ਤੁਸੀਂ ਕਿਉਂ ਕੀਤਾ ਉਹ ਕਹਿੰਦੇ ਜੀ ਇੱਥੇ ਇਹ ਵੀ ਪੁੱਛਿਆ ਉਹਨਾਂ ਨੇ ਵੀ ਤੁਸੀਂ ਕੋਈ ਕਿਸਾਨ ਨਹੀਂ ਮੁੱਦੇ ਬਾਰੇ ਗੱਲ ਕੀਤੀ ਕੋਈ ਉਹਦੇ ਚਾ ਤਿੰਨ ਆਰਡੀਨੈਂਸ ਪਾਸ ਹੋਏ ਕੋਈ ਉਹਦੇ ਬਾਰੇ ਵੀ ਕਿਸਾਨਾਂ ਦੀਆਂ ਮੰਗਾਂ ਬਾਰੇ ਉਹਨਾਂ ਦੇ ਹੱਕਾਂ ਬਾਰੇ ਕੋਈ ਗੱਲ ਕੀਤੀ ਤੇ ਕੋਈ ਜਵਾਬ ਪਤਾ ਕੀ ਸੀ ਗੁਰਦੁਆਰੇ ਵਿੱਚ ਕੋਈ politcal ਗੱਲ ਨਹੀਂ ਕੀਤੀ ਜਾਂਦੀ ਇਹ ਸੱਚੀ ਮੰਦਰੀ ਨੂੰ ਤੁਸੀਂ ਦੱਸ ਰਹੇ ਹੋ ਇਹ ਪੋਲਿਟਿਕਲ ਗੱਲ ਸੀ ਇਹ ਰਾਜਨੀਤਿਕ ਗੱਲ ਸੀ ਆਪਣੇ ਹੱਕ ਮੰਗਣੇ ਰਾਜਨੀਤੀ ਹੁੰਦੀ ਹੈ ਭਲਾ ਹੱਦ ਹੋ ਗਈ ਤੁਸੀਂ ਤੁਹਾਡੀ ਚਲੋ ਉਹਨਾਂ ਦੇ ਕਰਨਾ ਕਰਨਾ ਸੀ ਫਿਰ ਤੁਸੀਂ ਵੇਖੋ ਵੀ ਬਾਹਰ ਨਿਕਣ ਵਾਲੇ ਕਿਦਾਂ ਸੈਲਫੀਆਂ ਲੈ ਰਹੇ ਨੇ ਉਹਦੇ ਨਾਲ ਇਹ ਸੈਲਫੀਆਂ ਲਵਾ ਕੇ ਆਪਣੇ ਘਰਾਂ ਚ ਲਾਇਓ ਤੁਹਾਡੀਆਂ ਨਸਲਾਂ ਪੁੱਛਣੀਆਂ ਤੁਹਾਨੂੰ ਕਿ ਜਦੋਂ ਸਾਡੇ ਕਿਸਾਨ ਭਰਾ ਮਜ਼ਦੂਰ ਭਰਾ ਆਪਣੇ ਹੱਕਾਂ ਲਈ ਜੰਗ ਲੜ ਰਹੇ ਸੀ ਉਦੋਂ ਤੁਸੀਂ ਸੈਲਫੀਆਂ ਖਚਾਉਣ ਵਿੱਚ ਮਗਨ ਸੀ ਕਿੱਥੇ ਤੇ ਜੋਰ ਲੱਗਾ ਪਿਆ ਦੇਸ਼ਾਂ ਵਿਦੇਸ਼ਾਂ ਵਿੱਚ ਹਰ ਥਾਂ ਤੋਂ ਇਸ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਜਾ ਰਿਹਾ ਹੈ ਇੱਕ ਇਹ ਲੋਕ ਨੇ ਮੈਂ ਦੱਸਣਾ ਚਾਹੁੰਦਾ ਹਾਂ ਸਵਾਸਤ ਵਿੱਚ ਕੀ ਸਿਰ ਤੇ ਦਸਤਾਰ ਬੱਧੀ ਵੇਖ ਕੇ ਇਹ ਨਾ ਸੋਚਿਓ ਵੀ ਅਸਲ ਦੇ ਵਿੱਚ ਉਹ ਆਪਣਾ ਅਖਸ ਸਾਫ਼ ਕਰਨਾ ਚਾਹੁੰਦਾ ਸੀ ਵੀ ਲੋਕੀ ਦੁਨੀਆ ਦੇ ਸਾਹਮਣੇ ਨਰਿੰਦਰ ਮੋਦੀ ਵਾਸਤ ਵਿੱਚ ਆਪਣਾ ਅਖਸ ਸਾਫ਼ ਕਰਨਾ ਚਾਹੁੰਦਾ ਆਪਣਾ ਚਿਹਰਾ ਸਾਫ਼ ਕਰਨਾ ਚਾਹੁੰਦਾ ਕਿ ਵੇਖੋ ਮੈਂ ਕਿਸਾਨਾਂ ਦੇ ਮੈਂ ਸਿੱਖਾਂ ਦੇ ਵਿਰੋਧ ਨਹੀਂ ਆ ਵੇਖੋ ਮੈਂ ਗੁਰਦੁਆਰੇ ਜਾ ਰਿਹਾ ਮੇਰੇ ਵਾਸਤੇ ਮੰਦਰ ਵੀ ਉਹ ਚੀਜ਼ ਹੈ ਇਹ ਨਾਟਕ ਔਰੰਗਜ਼ੇਬ ਵੀ ਕਰਦਾ ਸੀ ਉਹ ਵੀ ਕਰਦਾ ਸੀ ਉਹਨੇ ਵੀ ਲਿਆਜ ਨਹੀਂ ਸੀ ਕੀਤਾ ਆਪਣੇ ਬਾਪ ਨੂੰ ਜੇਲ੍ਹ ਤੱਕ ਬੰਦ ਕਰਤਾ ਭਰਾਵਾਂ ਦੇ ਕਤਲ ਤੱਕ ਕਰਾ ਦਿੱਤੇ ਉਹ ਸੱਚ ਲੋਕਾਂ ਸਾਹਮਣੇ ਇਹ ਪੇਸ਼ ਕਰ ਰਹੇ ਨੇ ਦੇਖੋ ਮੈਂ ਕਿਤੇ ਸਿੱਖਾਂ ਦਾ ਵਿਰੋਧੀ ਆ ਤੇ ਸਿੱਖ ਮੇਰੇ ਨਾਲੋਂ ਸੈਲਫੀਆਂ ਖੁਚਾ ਰਹੇ ਨੇ ਫੁੰਟਸਣਾ ਚੋਨੇ ਆ ਵੀ ਸਿਰ ਤੇ ਪੱਗ ਬੰਨਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਇਹ ਬਹਿਰੂਪੀਏ ਲੋਕ ਨੇ ਜਿਹਨਾਂ ਦੀ ਬਾਹਰ ਦੇਖ ਮਤਲਬ ਸਿੱਖੀ ਵਾਲੀ ਐ ਸੁਰਤ ਵਿੱਚ ਸਿੱਖੀ ਹੈ ਨਹੀਂ ਸੁਰਤ ਵਿੱਚ ਉਹਨਾਂ ਦੇ ਮਾਫ ਕਰਨਾ ਇਹ ਨਾਲੇ ਅੰਦੋਲਨ ਕੱਲਾ ਸਿੱਖਾਂ ਦਾ ਨਹੀਂ ਅੰਦੋਲਨ ਸੱਜਾ ਇਹ ਉਹ ਤਾਂ ਨੈਸ਼ਨਲ ਮੀਡੀਆ ਪੇਸ਼ ਕਰ ਰਿਹਾ ਵੀ ਇਹ ਤਰ੍ਹਾਂ ਖਾਲਸਤਾਨੀ ਨਹੀਂ ਕਿੰਨੇ ਕਿੰਨੇ ਕਿਸਾਨ ਭਰਾਵਾਂ ਨੇ ਸਾਡਿਆਂ ਨੇ ਛਾਤੀ ਤੇ ਹੱਥ ਮਾਰ ਕੇ ਆਖਿਆ ਵੀ ਜੇ ਤੇ ਆਪਣੀ ਮੰਗ ਆਪਣੇ ਹੱਕਾਂ ਪਰਤੀ ਲੜਨਾ ਕਿਸਾਨ ਆਪਣੇ ਹੱਕ ਲੈਣ ਆਇਆ ਜੇ ਇਹ ਖਾਲਸਤਾਨੀ ਅਸੀਂ ਵੀ ਖਾਲਸਤਾਨੀ ਸ਼ਰਮ ਹੋਣੀ ਚਾਹੀਦੀ ਸੀ ਕੋਈ ਦੂਜੇ ਮਤ ਵਾਲਾ ਇਹ ਬੰਦਾ ਕੰਮ ਕਰਦਾ ਪਰ ਤੁਹਾਨੂੰ ਨਹੀਂ ਸੀ ਕਰਨਾ ਚਾਹਤਾ ਪਰ ਗੱਲ ਇਹ ਆ ਅਸੀਂ ਦੱਸਣਾ ਚਾਹੁੰਦੇ ਇਹੋ ਜਿਹੇ ਬਹਿਰੂਪੀਏ ਲੋਕ ਜਿਹੜੇ ਆ ਅਸਲ ਦੇ ਵਿੱਚ ਉਹ ਰਖੜੇ ਤਾਂ ਆ ਤੁਸੀਂ ਜਦੋਂ ਵੇਖੋ ਇੱਕ ਬੰਨੇ ਦੇਸ਼ ਦਾ ਤਰਤੀਬ ਦੀ ਹੱਕ ਪਾੜ ਕੇ ਅਨਾਜ ਪੈਦਾ ਕਰਨ ਵਾਲਾ ਦੇਸ਼ ਦਾ ਕਿਸਾਨ ਮਜ਼ਦੂਰ ਸੜਕ ਤੇ ਬੈਠਾ ਹੈ ਤੁਸੀਂ ਤੁਸੀਂ ਵੇਖੋ ਵੀ ਉਹ ਦਸਤਾਰਤਾਂ ਦੇ ਵਿੱਚ ਜਾ ਕੇ ਫੋਟੋਆਂ ਖਿਚਾ ਰਿਹਾ ਹੈ ਇਹ ਤੋਂ ਸਪੱਸ਼ਟ ਹੋ ਜਾਂਦਾ ਜਿਵੇਂ ਇਹ ਬੰਦੇ ਉਹ ਆਪਣੇ ਸੀ ਜਿਹਦੇ ਅੰਦਰ ਮਾੜੀ ਮੋੜੀ ਵਿਕਣੀ ਹੁੰਦੀ ਹੈ ਨਾ ਉਹ ਕੰਮ ਕਦੀ ਨਹੀਂ ਸੀ ਕਰ ਸਕਦਾ ਉਹਨੂੰ ਸ਼ਰਮ ਹੋਣੀ ਸੀ ਆਪਣੇ ਆਪ 'ਚ ਕਿੱਥੇ ਤਾਂ ਬੱਚੇ ਜਾ ਕੇ ਇਸ ਅੰਦੋਲਨ 'ਚ ਰੋ ਰਹੇ ਨੇ ਉਹਨਾਂ ਦੇ ਅੱਖਾਂ 'ਚ ਅਥਰੂ ਨਹੀਂ ਚੁੱਪ ਨੇ ਕਰ ਰਹੇ ਵੀ ਨਹੀਂ ਕਿੱਦਾਂ ਸਾਡੀਆਂ ਮਾਵਾਂ ਕਿੱਦਾਂ ਸਾਡੇ ਬਜ਼ੁਰਗ ਸੜਕਾਂ 'ਤੇ ਬੈਠੇ ਨੇ ਕਿੱਦਾਂ ਲੋਕ ਆਪਣੇ ਘਰਾਂ 'ਚ ਰਾਤ ਨੂੰ ਰਜਾਈ ਕੰਬਲ ਲੈ ਕੇ ਸੁੰਦੇ ਹੋਣਗੇ ਠੀਕ ਹੈ ਭਾਵੇਂ ਇੱਥੇ ਹਰ ਪ੍ਰਕਾਰ ਦੀ ਸਹੂਦਤ ਹੈ ਪਰ ਫਿਰ ਵੀ ਬੈੱਡ 'ਤੇ ਬੈਠੀ ਹੁੰਦਾ ਹੈ ਨਾ ਜਿੱਥੇ ਬੰਦਾ ਇੱਕੋ ਜੀ ਰਾਤ ਨੂੰ ਸੌਂਦਾ ਹੈ 7 8 9 10 ਵਜੇ ਸਵੇਰੇ ਇੱਕ ਵਾਰੀ ਅੱਖ ਖੁੱਲ੍ਹਦੀ ਹੈ ਪੱਕੀ ਗੱਲ ਹੈ ਇਹ ਹਿਸਟਰੀ ਲਿਖੀ ਜਾਣੀ ਆਉਣ ਵਾਲੇ ਸਮੇਂ 'ਚ ਇਸ ਅੰਦੋਲਨ 'ਚ ਕਿਹੜੇ ਲੋਕ ਆਪਣੇ ਘਰਾਂ 'ਚ ਰਾਤਾਂ ਗੁਜ਼ਾਰ ਰਹੇ ਸੀ ਤੇ ਕਿਹੜੇ ਲੋਕ ਇੱਥੇ ਸੜਕਾਂ 'ਤੇ ਬੈਠ ਕੇ ਆਪਣੇ ਹੱਕਾਂ ਪਰਤੀ ਲੜ ਰਹੇ ਸੀ ਨਾਲੇ ਇੱਥੇ ਕੋਈ ਲੜਨ ਨਹੀਂ ਆਇਆ ਐਨ ਸ਼ਾਂਤੀ ਬਹੁਤ ਹੀ ਸ਼ਾਂਤੀ ਦੇ ਨਾਲ ਇਹ ਅੰਦੋਲਨ ਚੱਲ ਰਿਹਾ ਇੱਥੇ ਤਾਂ ਸਗੋਂ ਤੁਸੀਂ ਵੇਖੋ ਇੱਕ ਨਿਕਾਜ ਆਪਾਂ ਵਿਆਹ ਸ਼ਾਦੀ ਕਰਦੇ ਆ ਉੱਥੇ ਵੀ 150 ਬੰਦੇ ਇਕੱਠੇ ਹੁੰਦੇ ਤੇ ਕਿਤੇ ਨਾ ਕਿਤੇ ਡਾਂਗ ਸੂਟਾ ਖੜਕ ਜਾਂਦਾ ਇੱਥੇ 26 ਨਵੰਬਰ ਤੋਂ ਲੈ ਕੇ ਅੱਜ 23 ਤਰੀਕ ਹੋ ਚੁੱਕੀ ਹੈ ਤੁਸੀਂ ਵੇਖੋ 26 ਨਵੰਬਰ ਤੋਂ ਲੈ ਕੇ 23 ਦਸੰਬਰ ਦਾ 10 ਦਿਨ ਚੱਲ ਰਿਹਾ ਹੈ ਐ ਪਿਆਰ ਨਾਲ ਸਾਡੇ ਸਾਡੇ ਵੀਰ ਰਹਿ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਜਿਹੜੀ 20 ਦਸੰਬਰ ਤੋਂ ਲੈ ਕੇ ਜਿਹੜੀ 27 28 ਦਸੰਬਰ ਦੀਆਂ ਇਹ ਰਾਤਾਂ ਨੇ ਸੇਕੋਂ ਵਾਸਤੇ ਬੜੀ ਗੌਰਵਮਈ ਰਾਤਾਂ ਨੇ ਜਿੱਥੇ ਸਾਡੇਆਂ ਪੁਰਖਿਆਂ ਨੇ ਸਾਡੇ ਯੋਧਿਆਂ ਨੇ 20 ਦਸੰਬਰ ਦੀ ਆਖਰੀ ਰਾਤ ਸੀ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਜਦੋਂ ਆਪਣੇ ਪਰਿਵਾਰ ਨਾਲ ਉਹ ਗੁਜ਼ਾਰਦੇ ਨੇ ਜਦੋਂ ਜਿਸ ਰਾਤ ਪਰਿਵਾਰ ਦਾ ਵਿਛੋੜਾ ਪੈਂਦਾ ਹੈ ਸੋਚ ਕੇ ਵੇਖੋ ਇਹ ਇਤਿਹਾਸ ਹੈ ਜਿਹੜਾ ਜਿਹੜਾ ਅੰਦਰੋਂ ਮਜ਼ਬੂਤ ਕਰਦਾ ਹੈ ਜਿਹੜਾ ਅੰਦਰੋਂ ਤਕੜਾ ਕਰਦਾ ਹੈ ਇੱਕ ਬੰਨੇ ਉਹ ਨੇ ਜਿਹੜੇ ਇਸ ਇਤਿਹਾਸ ਨੂੰ ਗੁਰਬਾਣੀ ਨੂੰ ਲੈ ਕੇ ਜੂਝ ਲੈ ਨੇ ਤਗੜੇ ਹੋ ਕੇ ਆਪਣੇ ਹੱਕਾਂ ਪਰਤ ਦੀ ਲੜ ਰਹੇ ਨੇ ਇੱਕ ਉਹ ਲੋਕ ਨੇ ਜਿਹੜੇ ਇਹੋ ਜਿਹੇ ਲੋਕਾਂ ਨੂੰ ਸਰੂਪਾ ਪਾ ਕੇ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਕਿ ਪਹਿਲੀ ਵਾਰ ਨਹੀਂ ਆ ਪਹਿਲਾਂ ਵੀ ਇਦਾਂ ਦੇ ਗਦਾਰ ਲੋਕ ਇਦਾਂ ਦੀਆਂ ਨਸਲਾਂ ਸਿੱਖੀ ਵਿੱਚ ਪੈਦਾ ਹੁੰਦੀਆਂ ਰਹੀਆਂ ਨੇ ਪਰ ਸ਼ਰਮ ਆਉਣੀ ਚਾਹੀਦੀ ਤੁਹਾਡੇ ਪਰਿਵਾਰਾਂ ਨੇ ਤੁਹਾਨੂੰ ਰਾਤ ਨੂੰ ਨਾ ਪੁੱਛਿਆ ਹੋਵੇਗਾ ਵੀ ਇਹ ਤੁਸੀਂ ਕੀ ਕੀਤਾ ਪਰ ਗੱਲ ਇਹ ਪ ਜਿਨ੍ਹਾਂ ਦੇ ਵੱਡ ਵਡੇਰੇ ਇਦਾਂ ਤੇ ਉਹਨਾਂ ਦੀਆਂ ਪੀੜ੍ਹੀਆਂ ਵੀ ਅੱਗੇ ਉਹੋ ਕੰਮ ਕਰਦੀਆਂ ਨੇ। ਤੋਂ ਪਿਆਰਿਓ ਦੇਸ਼ ਵਿਦੇਸ਼ ਵਿੱਚ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਬੈਠੇ ਹੋਣ ਦੱਸਣਾ ਚਾਹੁੰਦੇ ਆ। ਮਤਾ ਸੋਚਿਓ ਵੀ ਇਹਨਾਂ ਦੀ ਬਾਹਰਲਾ ਰੂਪ ਵੇਖ ਕੇ ਤੁਸੀਂ ਕੋਈ ਸਿੱਖ ਨਾ 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 ਇਹ ਬਹਿਰੂਪੀਏ ਲੋਕ ਨੇ ਸਿਰਫ ਆਪਣਾ ਦੱਸਣ ਵਾਸਤੇ। ਸਵਾਲ ਫਿਰ ਉੱਥੇ ਖੜਾ ਕਿ ਕਾਦਾ ਸਰੂਪਾ ਕਾਦਾ ਕਾਦਾ ਸਤਕਾਰ ਕੀਤਾ ਹੈ। ਕੀ ਉਹਨੇ ਉਹਦੇ ਦੇਸ਼ ਦੀ ਪ੍ਰਜਾ ਸੜਕਾਂ ਤੇ ਬੈਠੀ ਹੋਵੇ ਤੁਸੀਂ ਸਨਮਾਨ ਕਾਦਾ ਦੇ ਰਹੇ ਜ ਉਹਨੂੰ। ਗੁਰਦੁਆਰੇ ਆਉਣ ਦਾ ਤਦੋਂ ਜਵਾਬ ਕਿਦਾਂ ਦਿੱਤਾ ਜਾ ਰਿਹਾ ਇਟ ਚਾਰੇ ਦਰਵਾਜ਼ੇ ਖੁੱਲੇ ਨਹੀਂ ਜੀ ਕੱਲੂ ਕੋਈ ਬੰਦਾ ਦਰਮਿਆਨ ਆ ਜਾਏਗਾ ਉਹਨੂੰ ਸਰਪੱਤ ਦਿਓਗੇ ਤੁਸੀਂ ਸਿੱਧੀ ਗੱਲ ਹੈ ਇੱਕ ਕਮੇਟੀਆਂ ਸਰਕਾਰਾਂ ਦੀਆਂ ਕਟਪੁਤਲੀਆਂ ਨੇ ਐਡਾ ਐਡਾ ਲੋਕ ਅਗਲੇ ਗੁਸਪੈਠ ਕਰਦੇ ਨੇ ਪਰ ਇਹ ਤੁਹਾਡੀਆਂ ਚਾਲਾਂ ਹੁਣ ਕਾਮਯਾਬ ਨਹੀਂ ਹੋਣਗੀਆਂ ਐਡਾ ਅਗਲੇ ਆਰਐਸਐਸ ਵਾਲੇ ਆਪਣਾ ਤਰੀਕਾ ਵਰਤ ਰਹੇ ਨੇ ਇਤੋਂ ਪਤਾ ਲੱਗਦਾ ਕਿ ਬਹੁਤ ਲੋਕ ਇਸ ਅੰਦੋਲਨ ਵਿੱਚ ਵੀ ਪਤਾ ਹੈ ਕਿ ਬਹੁਤ ਬੰਦੇ ਸਿੱਖੀ ਰੂਪ ਵਾਲੇ ਬਹੁਤ ਬੰਦਿਆਂ ਦੇ ਚਿਹਰੇ ਇਦਾਂ ਦੇ ਆ ਜਿਹੜੇ ਉਹਨਾਂ ਵਿੱਚ ਛੱਡੇ ਹੋਏ ਨੇ ਜਿਹੜੇ ਅੰਦਰੋਂ ਮਨੋਬਲ ਡੇਗਣ ਦੀ ਕੋਸ਼ਿਸ਼ ਕਰਦੇ ਪਰ ਨਹੀਂ ਡਿੱਗ ਰਿਹਾ ਤਗੜੇ ਹੋ ਹਮੜਾ ਮਾਰੀਏ ਜ਼ਰੂਰ ਕਾਮਯਾਬੀ ਹੋਏਗੀ ਜ਼ਰੂਰ ਕਾਮਯਾਬ ਹੋਵਾਂਗੇ ਅਜੇ ਤੱਕ ਬਹੁਤ ਵੱਧੇ ਤਰੀਕੇ ਨਾਲ ਇਹ ਅੰਦੋਲਨ ਚੱਲ ਰਿਹਾ ਤੇ ਅੱਗੇ ਵੀ ਚੱਲੇਗਾ ਪਰ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹਵਾ ਕਿ ਇਦਾਂ ਦੀਆਂ ਅਗਲੇ ਹਰ ਤਰੀਕੇ ਨਾਲ ਹੱਥ ਖੰਡਾ ਵਰ ਸਕਦੇ ਨੇ ਤੋਂ ਗੁਰੂ ਪਿਆਰਿਓ ਇਹ ਇਤਿਹਾਸਿਕ ਦਿਨ ਜਿਹੜੇ ਸਾਡੇ ਚੱਲ ਰਹੇ ਨੇ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦੇ ਇਹ ਦਿਨ ਸਾਨੂੰ ਅੰਦਰੋਂ ਤਕੜਾ ਕਰਦੇ ਨੇ ਸਾਨੂੰ ਅੰਦਰੋਂ ਮਜ਼ਬੂਤ ਕਰਦੇ ਨੇ ਆਓ ਗੁਰੂ ਸਾਹਿਬ ਜੀ ਉਹਨਾਂ ਦੇ ਸਹਿਬਜ਼ਾਦਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਯਾਦ ਕਰਦੇ ਹੋਏ ਆ ਆਪਣੇ ਅੰਦਰ ਉਹ ਮਨੁਬਲ ਆਪਣਾ ਉੱਚਾ ਚੁੱਕੀਏ ਤੇ ਸਤਗੁਰ ਦੀ ਬਾਣੀ ਨੂੰ ਪੜ੍ਹਦੇ ਆ ਵਿਚਾਰਦੇ ਆ ਅਸੀਂ ਆਪਣੇ ਹੱਕਾਂ ਪ੍ਰਤੀ ਸਦਾ ਲੜਦੇ ਰਹੀਗੇ ਜ਼ਰੂਰ ਕਾਮਯਾਬੀ ਹੋਏਗੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ